ਸਾਡਾ ਦੇਸ਼ ਕ੍ਰਿਸ਼ੀ ਦੀ ਪ੍ਰਧਾਨਤਾ ਵਾਲਾ ਦੇਸ਼ ਹੈ। ਅੱਜ ਵੀ ਸਾਡੇ ਦੇਸ਼ ਦਾ ਮੁੱਖ ਕਿੱਤਾ ਖੇਤੀ ਹੀ ਮੰਨਿਆ ਗਿਆ ਹੈ। ਪੰਜਾਬ ਦੇਸ਼ ਦਾ ਮੁੱਖ ਖੇਤੀਬਾੜੀ ਵਾਲਾ ਸੂਬਾ ਹੈ। ਦੇਸ਼ ਦੇ ਕੁੱਲ ਅਨਾਜ ਦੀ ਪੈਦਾਵਾਰ ਦਾ ਸਭ ਤੋਂ ਵੱਡਾ ਹਿੱਸਾ ਪੰਜਾਬ ਤੋਂ ਹੀ ਆਉਂਦਾ ਹੈ। ਇੱਥੋਂ ਦਾ ਕਿਸਾਨ ਫਸਲੀ ਚੱਕਰ ਵਿੱਚ ਫਸਿਆ ਹੋਇਆ ਹੈ। ਉਹ ਝੋਨੇ ਅਤੇ ਅਨਾਜ ਦੋ ਹੀ ਤਰ੍ਹਾਂ ਦੀਆਂ ਮੁੱਖ ਫਸਲਾਂ ਬੀਜ ਕੇ ਆਪਣੀ ਕਿਸਾਨੀ ਦਾ ਨਿਰਵਾਹ ਕਰ ਰਿਹਾ ਹੈ, ਜੋ ਕਿ ਨਾ ਸਿਰਫ ਖੁਦ ਕਿਸਾਨ ਵਾਸਤੇ ਬਲਕਿ ਵਾਤਾਵਰਨ ਲਈ ਵੀ ਨੁਕਸਾਨਦੇਹ ਸਾਬਿਤ ਹੋ ਰਿਹਾ ਹੈ। ਅੱਜ ਫਸਲੀ ਚੱਕਰ 'ਚੋਂ ਨਿਕਲ ਕੇ ਫਲਾਂ ਦੀ ਖੇਤੀ ਵੱਲ ਪ੍ਰੇਰਿਤ ਹੋਏ ਕਿਸਾਨ ਸਰਦਾਰ ਬਲਵੰਤ ਸਿੰਘ, ਜੋ ਕਿ ਸਾਬਕਾ ਸਰਪੰਚ ਹਨ ਪਿੰਡ ਪੰਡੋਰੀ ਰਮਦਾਸ ਦੇ, ਉਹਨਾਂ ਦੱਸਿਆ ਕਿ ਉਹਨਾਂ ਬਾਗਬਾਨੀ ਵਿਭਾਗ ਦੀ ਹੱਲਾਸ਼ੇਰੀ ਨਾਲ ਕਿਨੂਆਂ ਦੀ ਖੇਤੀ ਆਰੰਭ ਕੀਤੀ ਅਤੇ ਅੱਜ ਉਹ ਕਿਨੂਆਂ ਦੀ ਖੇਤੀ ਤੋਂ ਭਰਪੂਰ ਮੁਨਾਫਾ ਕਮਾ ਰਹੇ ਹਨ। ਕੋਈ 5 ਸਾਲ ਪਹਿਲਾਂ ਆਪਣੀ 5 ਏਕੜ ਜ਼ਮੀਨ 'ਤੇ ਕਿਨੂਆਂ ਦੇ ਬਾਗ ਲਗਾਏ ਅਤੇ ਕਿਨੂਆਂ ਦੀ ਖੇਤੀ ਦੀ ਸ਼ੁਰੂਆਤ ਕੀਤੀ। ਦੂਜੀ ਖੇਤੀ ਜਿਹੜੀ ਹੈਗੀ ਹੈ ਕਣਕ ਝੋਨੇ ਦੇ ਵਿੱਚ ਨਿਕਲ ਗਏ। ਇੱਕ ਤਾਂ ਪਾਣੀ ਦੀ ਪ੍ਰੋਬਲਮ ਆ ਰਹੀ ਆ, ਉਹਦਾ ਹੱਲ ਇਹੀ ਆ ਵੀ ਇਹਨੂੰ ਬਾਗ ਨੂੰ ਪਾਣੀ ਦੀ ਘੱਟ ਲੋੜ ਪੈਂਦੀ ਆ, ਅਤੇ ਨਾਲੇ ਵਾਤਾਵਰਨ ਦੀ ਜਿਹੜੀ ਆ ਉਹ ਸਮਝੌਤਾ ਜਿਹੜਾ ਕੀਤਾ ਗਿਆ ਆਪਾਂ ਵੀ ਮੇਨ ਪਾਲਸੀ ਜਿਹੜੀ ਹੈਗੀ ਆ, ਕੋਈ ਸਰਕਾਰਾਂ ਦੀ ਵੀ ਇਸੇ ਪਾਸੇ ਹੀ ਹੈਗਾ ਆ ਯੋਗਦਾਨ। ਕਿਸਾਨਾਂ ਨੂੰ ਆਉਣਾ ਚਾਹੀਦਾ ਜੀ, ਇਸ ਪਾਸੇ ਬਿਲਕੁਲ ਇਨਕਮ ਵਿੱਚ ਸਹੀ ਆ, ਫਿਕਸ ਰੇਟ ਹੈਗੇ ਜੇ ਆਪਾਂ ਠੇਕੇ 'ਤੇ ਦੇਵਾਂਗੇ ਸਾਡੀ ਫਿਕਸ ਹੈਗੀ ਆ, ਦੂਜੀਆਂ ਖੇਤੀਆਂ ਦੇ ਵਿੱਚ ਇਹ ਚੀਜ਼ ਫਿਕਸ ਨਹੀਂ ਹੈਗੀ। ਸਰਦਾਰ ਬਲਵੰਤ ਸਿੰਘ ਹੋਰਾਂ ਦੇ ਨੌਜਵਾਨ ਬੇਟੇ ਸਰਦਾਰ ਰਮਨਦੀਪ ਵੀ ਖੇਤੀ ਨਾਲ ਜੁੜ ਚੁੱਕੇ ਹਨ ਅਤੇ ਆਪਣੇ ਪਿਤਾ ਦਾ ਵੱਧ ਤੋਂ ਵੱਧ ਹੱਥ ਵੰਡਾ ਰਹੇ ਹਨ। ਅਸੀਂ ਕਿੰਨੂ ਦੇ ਬਾਗ ਦੀ ਲਈ ਹੈ ਖੇਤੀ, ਪਹਿਲਾਂ ਅਸੀਂ ਕਣਕ ਝੋਨਾ ਰਵਾਇਤੀ ਫਸਲਾਂ ਬੀਜਦੇ ਹਾਂ, ਉਹ 'ਚ ਮੁਨਾਫਾ ਬਹੁਤ ਘੱਟ ਸੀ, ਇਸ ਕਰਕੇ ਅਸੀਂ ਇੱਧਰ ਨੂੰ ਪ੍ਰੇਰਿਤ ਹੋਏ ਹਾਂ ਵੀ ਜੋ ਸਪਰੇ ਹੋ ਗਈ, ਗੋਲਡ ਗਡਾਈ ਹੋ ਗਈ, ਮੰਡੀਕਰਨ ਹੋ ਗਿਆ ਵੀ ਦੂਰ ਮੰਡੀ 'ਚ ਮਾਲ ਖੜਨਾ, ਉਹ ਸਭ ਕੁਝ ਕਰੀਦਾ। ਨਾਲ ਫਲਾਂ ਦੀ ਖੇਤੀ ਵਿੱਚ ਉਹਨਾਂ ਦੀ ਸਭ ਤੋਂ ਵੱਧ ਮਦਦ ਕੀਤੀ ਬਾਗਬਾਨੀ ਵਿਭਾਗ ਨੇ। ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਸਰਦਾਰ ਬਾਜ ਸਿੰਘ ਹੋਰਾਂ ਬਾਗਬਾਨੀ ਵਿਭਾਗ ਦੇ ਉਪਰਾਲੇ ਅਤੇ ਕੋਸ਼ਿਸ਼ਾਂ ਬਾਰੇ ਪੂਰੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਗਬਾਨੀ ਵਿਭਾਗ ਕਿਸਾਨਾਂ ਨੂੰ ਨਵੀਂ ਤਕਨੀਕ ਅਤੇ ਬਿਹਤਰ ਖੇਤੀ ਵਿੱਚ ਸਹਿਯੋਗ ਕਰਦਾ ਹੈ। ਉਹ ਇਸ ਵੇਲੇ 2 ਤਰੀਕੇ ਹੁੰਦੀ, ਇੱਕ ਤਾਂ ਪਹਿਲੀ ਗੱਲ ਤਾਂ ਅਸੀਂ ਲੋਕਾਂ ਨੂੰ ਕੈਂਪ ਲਾ ਕੇ ਜਾ ਕੇ ਦਿੰਦੇ ਹਾਂ, ਉਹ ਕਈ ਬਲਾਕ ਲੈਵਲ 'ਤੇ, ਜ਼ਿਲ੍ਹੇ ਲੈਵਲ 'ਤੇ ਜਾਂ ਪਿੰਡ ਲੈਵਲ 'ਤੇ ਲਾਉਂਦੇ ਹਾਂ। ਉਹਦੇ ਵਿੱਚ ਇਹਦੇ ਦੂਜੀਆਂ ਫਸਲਾਂ ਦੇ ਨਾਲ ਜੋ ਇਹਦੇ ਫਾਇਦੇ ਆ, ਨਾਲ ਨਾਲ ਵਾਤਾਵਰਨ ਦੇ ਜੋ ਇਹਦੇ ਬੂਟਿਆਂ ਨੇ, ਜਿਵੇਂ ਫਲ ਦਾ ਬੂਟਾ ਲੱਗਾ ਜਾਂ ਕੋਈ ਬੂਟਾ ਲੱਗਾ ਜੋ ਵਾਤਾਵਰਨ ਨੂੰ ਇਹਨੇ ਫਾਇਦਾ ਦੇਣਾ, ਉਹਦਾ ਦੱਸਦੇ ਹਾਂ। ਉਹ ਤੋਂ ਇਲਾਵਾ ਅੱਗੇ ਅਸੀਂ ਉਹ ਵੇਖਦੇ ਵੀ ਉਹ ਜਿਹੜੀ ਜ਼ਮੀਨ ਜਿੱਥੇ ਅਸੀਂ ਬਾਗ ਲਵਾਉਣਾ, ਜ਼ਮੀਨਦਾਰ ਖੇਤੀ ਕਰ ਰਿਹਾ, ਉਹ 'ਚ ਬਾਗ ਲੱਗ ਸਕਦਾ, ਉਹ ਜ਼ਮੀਨ ਦਾ ਵੇਖਦੇ ਉਹਦੇ 'ਚ ਪਾਣੀ ਨਾ ਵੱਧ ਆਉਂਦਾ ਹੋਵੇ, ਕਿਤੇ ਕਰਲਾਠੀ ਨਾ ਹੋਵੇ, ਰੋਡ ਨਾ ਥੱਲੇ ਹੋਣ, ਉਹ ਤੋਂ ਬਾਅਦ ਫਿਰ ਅਸੀਂ ਜਿਹੜਾ ਜੀ ਉਹ 'ਚ ਵੇਖਦੇ ਵੀ ਕਿਹੜਾ ਬਾਗ ਲੱਗ ਸਕਦਾ, ਉਹ ਸਭ ਨਾਲ ਜ਼ਮੀਨਦਾਰ ਨੂੰ ਅਸੀਂ ਮਿੱਟੀ ਟੈਸਟ ਕਰਵਾ ਕੇ ਬਾਗ ਐਡਵਾਈਜ਼ ਕਰਦੇ ਹਾਂ। ਸਾਰੇ ਬਾਗਾਂ ਵਾਸਤੇ ਨਾ ਜੀ ਕਿਸਾਨਾਂ ਨੂੰ ਸਬਸਿਡੀ ਦਿੰਦੇ ਅਸੀਂ, ਗਰਮ ਉਹ ਕੀਤੀ ਆ ਜੀ, ਚੰਗੀ ਕੁਆਲਿਟੀ ਆ ਅਤੇ ਇਹਦਾ ਮੁੱਲ ਪੈਂਦਾ। ਕਣਕ ਝੋਨੇ ਦੀ ਹੋਰ ਚੀਜ਼ ਹੁੰਦੀ ਹੈ ਉਹਦੀ ਅੱਗੇ ਮੰਡੀ ਵਿੱਚ ਕਿਸ ਤਰ੍ਹਾਂ ਮੁੱਲ ਪੈਂਦਾ, ਇਹਦੇ ਵਿੱਚ ਹੁੰਦਾ ਵੀ ਜੇ ਕੁਆਲਿਟੀ ਚੰਗੀ ਮੁੱਲ ਪੈਣਾ ਪੈਣਾ। ਅੱਜ ਦੀ ਨਵੀਂ ਪੀੜ੍ਹੀ ਵੀ ਕਿਸਾਨੀ ਤੋਂ ਮਿਲ ਰਹੇ ਬਿਹਤਰ ਮੁਨਾਫੇ ਤੋਂ ਪ੍ਰਭਾਵਿਤ ਹੋ ਕੇ ਖੇਤੀਬਾੜੀ ਨਾਲ ਜੁੜ ਰਹੀ ਹੈ। ਹੁਣ ਪੰਜਾਬ ਦੇ ਬਾਕੀ ਕਿਸਾਨਾਂ ਨੂੰ ਵੀ ਵਿਕਲਪਿਕ ਖੇਤੀ ਵੱਲ ਧਿਆਨ ਦੇਣਾ ਚਾਹੀਦਾ ਹੈ।